ਹਾਂ ਹੋ ਗਏ ਅਸੀਂ ਲਾਈਵ ਠੀਕ ਹੈ ਤੇ ਇੱਧਰ ਇੱਧਰ ਰਹਿ ਥੋੜਾ ਲਵਨੀਸ਼ ਆ ਜਾ ਹਾਂਜੀ ਹਾਂਜੀ ਆ ਜਾਓ ਆ ਜਾਓ ਅੱਛਾ ਬਈ ਅਸੀਂ ਤੁਹਾਨੂੰ ਕੁਝ ਸੁਣਾਉਂਦੇ ਹਾਂ ਤੇ ਤੁਸੀਂ ਨਾਲ ਦੀ ਨਾਲ ਸ਼ੇਅਰ ਕਰੀ ਜਾਓ ਅੱਛਾ ਪਹਿਲੇ ਸਟਾਰਟਿੰਗ ਕਿੱਥੋਂ ਹੋਈ ਉਹਦੀ ਰੇੜੀ ਉੱਤੋਂ ਵੇਚਦਾ ਸ਼ਿਕੰਜ ਰੇੜੀ ਉੱਤੇ ਵੇਚਦਾ ਸ਼ਿਕੰਜ ਵੀ ਜੋ ਬਾਈ ਇਹਨੂੰ ਪੁੱਠਾ ਨਾ ਕਰ ਇਹ ਫਿਰ ਪੁੱਠੀਆਂ ਫੋਟੋਆਂ ਆਉਣੀਆਂ ਉੱਥੇ ਠੀਕ ਹੈ ਸਿੱਧਾ ਰੱਖ ਤੇ ਆਪਾਂ ਥੋੜ੍ਹੇ ਜਿਹੇ ਨੈਟਵਰਕ ਤੋਂ ਆਊਟ ਹੋ ਗਏ ਸੀ ਤੇ ਅਸੀਂ ਨਹੀਂ ਕਰ ਸਕੇ ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਕੁਝ ਰੇੜੀ ਉੱਤੇ ਵੇਚਦਾ ਸ਼ਿਕੰਜ ਵੀ ਹੋ ਰੇੜੀ ਉੱਤੇ ਵੇਚਦਾ ਸਿਕੰਜਵੀ ਜੋ ਸੁੱਖ ਮੰਗੇ ਰੱਬਾ ਧੁੱਪ ਚੜੇ ਤੇ ਦਿਹਾੜੀ ਬਣ ਜੇ ਇਹ ਸਾਡਾ ਆਉਣ ਵਾਲਾ ਸੌਂਗ ਹੈ ਜੀ ਹੋ ਰੇੜੀ ਉੱਤੇ ਵੇਚਦਾ ਸਿਕੰਜਵੀ ਜੋ ਸੁੱਖ ਮੰਗੇ ਰੱਬਾ ਧੁੱਪ ਚੜੇ ਤੇ ਦਿਹਾੜੀ ਬਣ ਜੇ ਉਹ ਝੋਨਾ ਲਾਉਂਦਾ ਰੱਬ ਤੋਂ ਕਿਸਾਨ ਮੰਗੇ ਸੁੱਖ ਪੈਣ ਬਾਰਿਸ਼ਾਂ ਤੇ ਫਸਲ ਪਿਆਰੀ ਬਣ ਜੇ ਉਹ ਆਪਣੀਆਂ ਗਰਜਾਂ ਦੇ ਬਾਰੇ ਸੋਚਦਾ ਜੋ ਕਿਵੇਂ ਮੇਰਾ ਉਹਦੀਆਂ ਦਾ ਅਧਿਕਾਰੀ ਬਣ ਜੇ ਉਹ ਸਾਰਿਆਂ ਦੀ ਹੋ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਲਈ ਸਮੱਸਿਆ ਨਾ ਭਾਰੀ ਬਣ ਜੇ ਉਹ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਲਈ ਸਮੱਸਿਆ ਨਾ ਭਾਰੀ ਬਣ ਜੇ ਉਹ ਤੋਂ ਬਾਅਦ ਜੀ ਲਾਲਚ ਦਾ ਘੁਣ ਲੱਗਾ ਪਹਿਲਾਂ ਨਹੀਂ ਸੀ ਹੁਣ ਲੱਗਾ ਕਈਆਂ ਜੋ ਵਿਰਾਸਤਾਂ ਨੂੰ ਖਾ ਗਿਆ ਕੋਈ ਗੱਲ ਨੀ ਕੋਈ ਗੱਲ ਨੀ ਕੋਈ ਗੱਲ ਨੀ ਉਹ ਲਾਲਚ ਦਾ ਘੁਣ ਲੱਗਾ ਪਹਿਲਾਂ ਨੀ ਸੀ ਹੁਣ ਲੱਗਾ ਕਈਆਂ ਜੋ ਵਿਰਾਸਤਾਂ ਨੂੰ ਖਾ ਗਿਆ ਉਹ ਘਾਲਣਾ ਵਾ ਘਾਲਦਾ ਜੀ ਦੌਲਤਾਂ ਨੂੰ ਭਾਲਦਾ ਜੀ ਬੰਦਾ ਹੈ ਅੱਜ ਖੁਦ ਨੂੰ ਗਵਾ ਗਿਆ ਉਹ ਲੱਖਾਂ ਵਾਲਾ ਸੁਪਨੇ ਕਰੋੜਾਂ ਦੇ ਹੈ ਲੈਂਦਾ ਤੇ ਸੌ ਵਾਲਾ ਕਹਿੰਦਾ ਕਿਵੇਂ ਉਹ ਹਜ਼ਾਰੀ ਬਣ ਜੇ ਉਹ ਸਾਰਿਆਂ ਦੀ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਦੀ ਸਮੱਸਿਆ ਨਾ ਭਾਰੀ ਬਣ ਜੇ ਉਹ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਦੀ ਸਮੱਸਿਆ ਨਾ ਭਾਰੀ ਬਣ ਜੇ ਹਾਂਜੀ ਉਹ ਤੋਂ ਬਾਅਦ ਦੁਨੀਆਦਾਰੀ ਦੁਨੀਆਂ ਇਹ ਸਾਰੀ ਲੰਮੀ ਮਾਰਦਾ ਉਹ ਦੁਨੀਆਂ ਇਹ ਸਾਰੀ ਲੰਬੀ ਮਾਰਦਾ ਉਡਾਰੀ ਜਿਹੜਾ ਪੈਰੋਂ ਫੜ ਥੱਲੇ ਉਹਨੂੰ ਖਿੱਚਦੀ ਇਹ ਸਾਰਿਆਂ ਨਾਲ ਹੁੰਦਾ ਸਰੀਕ ਆ ਨਾ ਜਿਹੜੇ ਉਹ ਵੀ ਖਿੱਚਦੇ ਆ ਤੇ ਜਿਹੜੇ ਨਾਲ ਦੇ ਹੁੰਦੇ ਕਈ ਵਾਰੀ ਉਹ ਵੀ ਖਿੱਚਦੇ ਤੇ ਆ ਮੇਰੇ ਵੀਰ ਦਾ ਇੱਕ ਦੂਜੇ ਦਾ ਸਾਥ ਬਹੁਤ ਦਿੰਦੇ ਆ ਹਾਂਜੀ ਉਹ ਦੁਨੀਆਂ ਇਹ ਤਾਰੀ ਦੁਨੀਆਂ ਇਹ ਸਾਰੀ ਲੰਬੀ ਮਾਰਦਾ ਉਡਾਰੀ ਜਿਹੜਾ ਪੈਰੋਂ ਫੜ ਥੱਲੇ ਉਹਨੂੰ ਖਿੱਚਦੀ ਉਹ ਕਿਸੇ ਦੀ ਤਰੱਕੀ ਉੱਤੇ ਰਹਿ ਜੇ ਹੱਕੀ ਬੱਕੀ ਸੜਦੀ ਏ ਨਹੀਂ ਉਹ ਤੋਂ ਸਿੱਖਦੀ ਉਹ ਤੋਂ ਸੜਦੀ ਆ ਨਹੀਂ ਉਹ ਤੋਂ ਸਿੱਖਦੀ ਉਹ ਨੀਵਾਂ ਹੋ ਕੇ ਡਾਡਿਆਂ ਤੋਂ ਸਿੱਖ ਜਾਂਦਾ ਬੰਦਾ ਜਿਹੜਾ ਜ਼ਿੰਦਗੀ ਦੀ ਖੇਡ ਦਾ ਖਿਡਾਰੀ ਬਣ ਕੇ ਉਹ ਸਾਰਿਆਂ ਦੀ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਲਈ ਸਮੱਸਿਆ ਨਾ ਭਾਰੀ ਬਣ ਜੇ ਉਹ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਲਈ ਸਮੱਸਿਆ ਨਾ ਭਾਰੀ ਬਣ ਜੇ ਇੱਕ ਪੈਰਾ ਦਾ ਮੈਨੂੰ ਬੜਾ ਸੋਹਣਾ ਲੱਗਦਾ ਉਹ ਕੀ ਚੱਲਦੇ ਨੂੰ ਪੂਜਨਾ ਤੇ ਢੈਂਦੇ ਦਾ ਵਜੂਦ ਨਾ ਨਹੀਂ ਇੱਕ ਹੋਰ ਸੀਗਾ ਜਿਹੜਾ ਰੋਟੀ ਪਾਣੀ ਜੁੜਿਆ ਹਾਂ 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 ਬਹੁਤ ਵਧੀਆ ਆ ਜੀ ਸੁਣਨ ਵਾਲੀ ਗੱਲ ਰੋਟੀ ਪਾਣੀ ਜੁੜਿਆ ਤੇ ਸੁਬਾਹ ਘਰੋਂ ਤੁਰਿਆ ਉਹ ਅਗਲੇ ਵੀ ਸਮੇਂ ਨੂੰ ਲੰਘਾਉਣ ਵਾਸਤੇ ਵੀਰ ਮੇਰੇ ਥੋੜੀ ਜਿਹੀ ਆਵਾਜ਼ ਘੱਟ ਕਰ ਦਿਓ ਆਵਾਜ਼ ਘੱਟ ਕਰੋ ਕੋਈ ਗੱਲ ਨੀ ਸ਼ੇਅਰਿੰਗ ਕਰੋ ਤੁਸੀਂ ਦੱਬ ਕੇ ਸ਼ੇਅਰ ਕਰੋ ਕੋਈ ਗੱਲ ਨੀ ਰੋਟੀ ਪਾਣੀ ਜੁੜਿਆ ਤੇ ਸੁਬਾਹ ਘਰੋਂ ਤੁਰਿਆ ਉਹ ਅਗਲੇ ਵੀ ਸਮੇਂ ਨੂੰ ਲੰਘਾਉਣ ਵਾਸਤੇ ਹੁਕਮ ਨੂੰ ਮੰਨ ਕੇ ਹੱਡ ਭੰਨ ਭੰਨ ਕਰੇ ਮਿਹਨਤਾਂ ਰੋਟੀ ਦੇ ਕਮਾਉਣ ਵਾਸਤੇ ਉਹ ਹੁਕਮ ਨੂੰ ਮੰਨ ਕੇ ਤੇ ਹੱਡ ਭੰਨ ਭੰਨ ਕਰੇ ਮਿਹਨਤਾਂ ਰੋਟੀ ਦੇ ਕਮਾਉਣ ਵਾਸਤੇ ਉਹ ਕਿਸਮਤੀ ਉਸਦੀ ਕੀ ਉਸਦਾ ਵਿਗਾੜਨਾ ਕਿਸਮਤੀ ਉਸਦੀ ਉਸਦਾ ਵਿਗਾੜਨਾ ਮਿਹਨਤ ਹੀ ਜਿਹਦੀ ਜ਼ਿੰਮੇਵਾਰੀ ਬਣ ਜੇ
ਓ ਸਾਰਿਆਂ ਦੀ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਲਈ ਸਮੱਸਿਆ ਨਾ ਭਾਰੀ ਬਣ ਜੇ। ਉਹ ਸਾਰਿਆਂ ਦੀ ਸੁਣ ਕੇ ਤੇ ਰੱਬ ਕਾਢ ਕੱਢਦਾ ਜੋ ਕਿਸੇ ਲਈ ਸਮੱਸਿਆ ਨਾ ਭਾਰੀ ਬਣ ਜੇ। ਆ ਮੇਰੇ ਵੀਰ ਨੇ ਲਿਖਿਆ ਸੋਹਲ ਬਾਈ ਨੇ, ਤੇ ਇਹਨੂੰ ਸ਼ੇਅਰ ਵੀ ਕਰਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਕਿਉਂਕਿ ਆ 2 ਤਰੀਕ ਨਗਰ ਕੀਰਤਨ ਸੀ ਤੇ ਨਗਰ ਕੀਰਤਨ ਦੇ ਵਿੱਚ ਨਾ ਰੋਹਿਤ ਆਏ ਸੀ ਨਾ ਤੁਸੀਂ, ਹਾਂਜੀ ਹਾਂਜੀ, ਸਵੇਰੇ 9 ਵਜੇ ਤੋਂ ਲੈ ਕੇ 6:30 ਵਜੇ ਤੱਕ ਲਗਾਤਾਰ ਗਾਇਆ ਸੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਤੇ ਜਿਹਦੇ ਸਦਕਾ ਥੋੜਾ ਜਿਹਾ ਗਲਾ ਹੈ ਨਾ ਥੋੜਾ ਥੱਕਿਆ ਥੱਕਿਆ, ਤੇ ਅੱਜ ਰਿਕਾਰਡਿੰਗ ਸੀ, ਰਿਕਾਰਡਿੰਗ ਤੇ ਵੀ ਜ਼ੋਰ ਲੱਗ ਗਿਆ, ਇਸੇ ਗਾਣੇ ਦੀ ਰਿਕਾਰਡਿੰਗ ਕਰਕੇ ਆ। ਤੇ ਮੇਰੇ ਵੀਰੋ ਸ਼ੇਅਰ ਕਰੋ, ਜੇ ਤੁਹਾਡਾ ਹੌਸਲਾ ਮਿਲਦਾ ਰਿਹਾ ਤੇ ਅਸੀਂ ਹੋਰ ਵੀ ਵਧੀਆ ਵਧੀਆ ਚੀਜ਼ ਕਰਾਂਗੇ। ਮੇਰੇ ਸਾਰੇ ਸੋਤਿਆਂ ਨੂੰ ਮੇਰੇ ਅੱਗੇ ਬੇਨਤੀ ਆ ਕਿ ਜੇ ਚੰਗਾ ਲੱਗਿਆ ਵੱਧ ਤੋਂ ਵੱਧ ਸ਼ੇਅਰ ਕਰਿਓ, ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ ਜੀ। ਅੱਛਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਮੈਂ ਕਹਾਂ ਦੋ ਕਲੈਨਾਂ ਚੱਕ ਲਓ, ਦੋ ਗਾਣੇ ਦੇ ਦਹੇਜ ਛੇ, ਦੋ ਕਲੈਨਾਂ ਜੇ 27 ਕਰਦਾ ਠੀਕ ਆ। ਦਹੇਜ ਗਾਣਾ, ਦਹੇਜ ਜ਼ਰੂਰ ਸੁਣੋ, ਮੇਰਾ ਫੇਵਰਟ ਗਾਣਾ ਜ਼ਰੂਰ ਸੁਣੋ। ਓ ਭਾਵੇਂ ਹੋਵੇ ਲਵ, ਓ ਭਾਵੇਂ ਹੋਏ ਅਰੇਂਜ ਵੇ, ਆਜਾ ਨੀ ਨਜ਼ਦੀਕ ਆ ਜਾ ਥੋੜਾ, ਓਏ ਆ ਕੇ ਸਾਰੀ ਗੱਲ ਮੁੱਕਦੀ ਦਹੇਜ ਤੇ, ਉਹ ਤੈਨੂੰ ਕੁਝ ਹੋਵੇ ਨਾ ਉਹ ਬਾਬਲਾ, ਉਹ ਤੈਨੂੰ ਕੁਝ ਹੋਵੇ ਨਾ ਉਹ ਬਾਬਲਾ, ਹੋ ਰਹਿੰਦਾ ਇਸੇ ਗੱਲੋਂ ਦਿਲ ਮੇਰਾ ਡਰਦਾ, ਵੇ ਔਖਾ ਸੌਖਾ ਹੋ ਕੇ ਮੈਨੂੰ ਤੋਰ ਹੀ ਦਵੇਗਾ, ਵੇ ਕਿਵੇਂ ਲਾਵੇਗਾ ਤੂੰ ਲਾਲੇ ਵਾਲਾ ਕਰਜ਼ਾ, ਵੇ ਔਖਾ ਸੌਖਾ ਹੋ ਕੇ ਮੈਨੂੰ ਤੋਰ ਹੀ ਦਵੇਗਾ, ਕਿਵੇਂ ਲਾਵੇਗਾ ਤੂੰ ਲਾਲੇ ਵਾਲਾ ਕਰਜ਼ਾ। ਹੋ ਪੈਰੀ ਕੁਝ ਖਾਸ ਨੀ, ਫਸਲ ਦੀ ਵੀ ਆਸ ਨੀ, ਕਿਹਦੀਆਂ ਕਰਦਾ ਫਿਰੇਗਾ ਵੇ ਤੂੰ ਮਿਲਦਾ, ਹੋ ਗੱਡੀ ਤੈਨੂੰ ਦੇਤੀ ਕਿਤੇ ਦਾਜ ਵਿੱਚ ਹੋਏ, ਹੋ ਗੱਡੀ ਮੈਨੂੰ ਦੇਤੀ ਕਿਤੇ ਦਾਜ ਵਿੱਚ ਹੋਏ, ਕਿਵੇਂ ਤੋਰੇਗਾ ਤੂੰ ਉਸ ਦੀਆਂ ਕਿਸ਼ਤਾਂ, ਫੇਰ ਨਾ ਤੂੰ ਆਖੀ ਮੈਨੂੰ ਰੋਲ ਗਈਆਂ ਧੀਏ, ਫੇਰ ਨਾ ਤੂੰ ਆਖੀ ਮੈਨੂੰ ਡੋਬ ਗਈਆਂ ਧੀਏ, ਹੁਣ ਚਿੱਤ ਕਰੇ ਮੇਰਾ ਨੀ ਮੈਂ ਮਰ ਜਾ, ਵੇ ਔਖਾ ਸੌਖਾ ਹੋ ਕੇ ਮੈਨੂੰ ਤੋਰ ਹੀ ਦਵੇਗਾ, ਕਿਵੇਂ ਲਾਵੇਗਾ ਤੂੰ ਲਾਲੇ ਵਾਲਾ ਕਰਜ਼ਾ, ਵੇ ਔਖਾ ਸੌਖਾ ਹੋ ਕੇ ਮੈਨੂੰ ਤੋਰ ਹੀ ਦਵੇਗਾ, ਵੇ ਕਿਵੇਂ ਲਾਵੇਗਾ ਤੂੰ ਲਾਲੇ ਵਾਲਾ ਕਰਜ਼ਾ। ਜੇ ਮੇਰੀਆਂ ਭੈਣਾਂ ਇਸ ਗੀਤ ਨੂੰ ਸੁਣ ਰਹੀਆਂ ਨਾ, ਤੇ ਤੁਹਾਨੂੰ ਇਸ ਬਾਈ ਦਾ ਜੇ ਥੋੜਾ ਵੀ ਤਰਸ ਆਉਂਦਾ ਨਾ, ਤੇ ਇਹਨੂੰ ਸ਼ੇਅਰ ਜ਼ਰੂਰ ਕਰੇ, ਕਿਉਂਕਿ ਮੈਂ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ, ਤੇ ਇਹ ਭੈਣਾਂ ਲਈ ਲਿਖਿਆ ਤੇ ਭੈਣਾਂ ਨੇ ਜ਼ਰੂਰ ਕਰਨਾ, ਤੇ ਜਿਹੜੇ ਵੀਰ ਆਪਣੀ ਭੈਣਾਂ ਨੂੰ ਬਹੁਤ ਪਿਆਰ ਕਰਦੇ ਨਾ, ਤੇ ਇਹਨੂੰ ਜ਼ਰੂਰ ਸ਼ੇਅਰ ਕਰਿਓ, ਤੇ ਨਾਲੇ ਸਾਨੂੰ ਮੌਕਾ ਮਿਲ ਜੂਗਾ, ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।